ਫਾਜ਼ਿਲਕਾ ਦੇ ਵਿੱਚ ਐਨ ਆਰ ਆਈ ਨੂੰ ਕਿਡਨੈਪ ਕਰਨ ਮਾਮਲੇ ਦੇ ਵਿੱਚ ਆਰੋਪੀਆਂ ਵੱਲੋਂ ਵੀ ਮੀਡੀਆ ਦੇ ਸਾਹਮਣੇ ਰੱਖੀ ਗਈ ਆਪਣੀ ਗੱਲ ਕਿਹਾ ਲਿਆ ਬਦਲਾ। ਫਾਜ਼ਿਲਕਾ ਦੇ ਵਿੱਚ ਐਨ ਆਰ ਆਈ ਨੂੰ ਕਿਡਨੈਪ ਕਰਕੇ ਲੈ ਕੇ ਆਉਣ ਵਾਲੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ। ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਮੀਡੀਆ ਦੇ ਸਾਹਮਣੇ ਇਹਨਾਂ ਆਰੋਪੀਆਂ ਨੂੰ ਪੇਸ਼ ਕੀਤਾ ਗਿਆ ਜਿਨ੍ਹਾਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਪਕੜੇ ਗਏ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਾਬੀ ਅਮਰੀਕਾ ਰਹਿੰਦੀ ਸੀ, ਜਿੱਥੇ ਉਕਤ ਐਨ ਆਰ ਆਈ ਵੱਲੋਂ ਉਸ ਦੇ ਨਾਲ ਧੱਕਾ ਕੀਤਾ ਜਾਂਦਾ ਸੀ ਅਤੇ ਉਸ ਦੇ ਨਾਲ ਛੇੜਛਾੜ ਕੀਤੀ ਜਾਂਦੀ ਸੀ, ਜਿਸ ਦਾ ਬਦਲਾ ਲੈਣ ਲਈ ਉਹਨਾਂ ਵੱਲੋਂ ਇਸ ਨੂੰ ਚੱਕਿਆ ਗਿਆ ਸੀ ਅਤੇ ਆਪਣਾ ਬਦਲਾ ਹੁਣ ਉਹਨਾਂ ਨੇ ਲੈ ਲਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਟੋਰਚਰ ਨਹੀਂ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਜੋ ਸੱਚ ਸੀ ਉਹ ਉਹਨਾਂ ਨੇ ਦੱਸਿਆ। ਉਧਰ ਪਕੜੀ ਗਈ ਮਹਿਲਾ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਮੀਡੀਆ ਦੇ ਸਾਹਮਣੇ ਕੀਤੇ ਗਏ। ਅਮਰੀਕਾ ਦੇ ਵਿੱਚ ਮੇਰੀ ਭਰਜਾਈ ਦੇ ਭਰਾ ਗਏ ਸੀ ਬਾਹਰ 8-10 ਸਾਲ ਪਹਿਲਾਂ। ਉੱਥੇ ਉਹ ਬੰਦੇ ਨੇ ਉਹਨੂੰ ਛੇੜਨ ਦੀ ਕੋਸ਼ਿਸ਼ ਕੀਤੀ, ਉਹਨੇ ਉੱਥੇ ਕੱਚੇ ਸੀਗੇ, ਕੁਛ ਕਰ ਨਹੀਂ ਸਕਦੇ ਸੀ, ਚੁੱਪ ਕਰ ਗਏ। ਹੁਣ ਇੰਨੇ ਸਾਲਾਂ ਬਾਅਦ ਇੱਥੇ ਆਏ ਸੀਗੇ, ਉਹ ਬੰਦੇ ਦਾ ਵੀ ਪਤਾ ਲੱਗਿਆ ਇੱਥੇ ਆਇਆ, ਉਹਨੂੰ ਚੱਕ ਕੇ ਲਿਆਂਦਾ। ਉਹਨਾਂ ਨਾਲ ਰਿਸ਼ਤੇਦਾਰੀ ਕੁਛ ਨਹੀਂ ਪੈਂਦੀ ਸੀ, ਉਹਦਾ ਜਿਹੜਾ ਰਿਸ਼ਤੇਦਾਰ ਹੈ ਜੀਜਾ ਲੱਗਦਾ ਉਹ ਸਾਨੂੰ ਜਾਣਦਾ ਸੀ, ਉਹਦੇ ਥਰੂ ਪਤਾ ਪੁਤਾ ਕਰਕੇ ਆਪਦਾ ਪਲਾਨ ਬਣਾ ਕੇ ਇਹਨੇ ਆਪਦੇ ਧੋਖੇ ਨਾਲ ਮਾੜਾ ਮੋਟੀ ਚਾਲ ਜੀ 'ਚ ਲੈ ਕੇ ਚੱਕ ਲਿਆਂਦਾ, ਲਾ ਕੇ ਆਪਦਾ ਬਦਲਾ ਲੈ ਲਿਆ। ਬਸ ਬਦਲੇ ਪਿੱਛੇ ਕੁਛ ਵੀ ਕਰ ਸਕਦਾ ਸੀ ਮੈਂ, ਕੀਤਾ ਮੰਗੀ ਗਈ ਸੀ ਕਹਿੰਦੇ, ਫਰੋਤੀ ਫਰੋਤੀ ਕੁਛ ਨਹੀਂ, ਉਹ ਬਾਨੇ ਸੀਗੇ। ਅੱਛਾ ਹਥਿਆਰ ਕਿੱਥੋਂ ਆਏ ਜੀ ਕਹਿੰਦੇ? ਲਾਇਸੈਂਸ ਸੀ ਉਹ ਕਹਿੰਦੇ, ਨਜਾਇਜ਼ ਨੇ ਪੁੱਛ, ਬਿਲਕੁਲ ਲਾਇਸੈਂਸ ਸੀ, ਸਾਰੇ ਲਾਇਸੈਂਸ ਚੈੱਕ ਕਰੋ। ਅੱਛਾ, ਹਾਂ ਇੱਕ ਦੋ ਮੇਰੇ ਦੋਸਤਾਂ ਦੇ ਆ, ਦੋ ਆਪਦੇ ਆ। ਟੋਰਚਰ ਕੀਤਾ ਗਿਆ ਸੀ? ਕੁਛ ਨਹੀਂ, ਬਿਲਕੁਲ ਨਹੀਂ ਟੋਰਚਰ ਕੀਤਾ ਕਿਸੇ ਨੇ, ਸੱਚ ਪੁੱਛਿਆ ਸਾਰਾ ਸਾਡੇ ਤੋਂ, ਸੱਚ ਦੱਸਤਾ। ਕਿੰਨੇ ਦਿਨ ਤੁਸੀਂ ਆਦੇ ਕੋਲ ਰੱਖੇ? ਉਹ ਫਿਰ ਉਹ ਬਦਲਾ ਲੈਣਾ ਸੀ, ਮਾੜਾ ਮੋਟਾ ਕੀਤਾ। ਨਹੀਂ ਤੁਸੀਂ ਕਿੰਨੇ ਦਿਨ ਆਦੇ ਕੋਲ ਰੱਖੇ ਜੀ? ਇੱਕ ਦਿਨ ਹੀ। ਅੱਛਾ, ਇਹ ਤੁਹਾਡੇ ਨਾਲ ਵਾਲੇ ਨੇ ਜਿਨ੍ਹਾਂ ਨਾਲ ਵਾਲੇ ਭਾਬੀ ਆ ਮੇਰੀ? ਹਾਂਜੀ, ਕੀ ਹੋਇਆ ਸੀ ਤੁਹਾਡੇ ਨਾਲ? ਉੱਥੇ ਮੈਨੂੰ ਧੱਕਾ ਕਰਦਾ ਰਿਹਾ, ਕੱਚੇ ਸੀਗੇ, ਸਟੋਰ ਤੇ ਕੰਮ ਕਰਦੇ ਸੀਗੇ ਇਹਨਾਂ ਕੋਲ। ਹਾਂਜੀ। ਅੱਛਾ ਜੀ, ਤੇ ਮਤਲਬ ਕਿ ਪੇ ਨਹੀਂ ਹੁੰਦਾ ਇੱਥੇ ਜਾਣ ਕੇ, ਮਤਲਬ ਕਿ ਛੁੱਟੀ ਹੁੰਦੀ ਸਟੋਰ ਤੋਂ ਤੇ ਧੱਕੇ ਨਾਲ ਲੈ ਕੇ ਜਾਂਦਾ ਸੀਗਾ ਵੀ ਡਿਨਰ ਕਰਨਾ ਇੱਥੇ, ਨਜਾਇਜ਼ ਕਰਦਾ ਰਿਹਾ ਬਸ। ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਇਹਨਾਂ ਨਾਲ ਕੰਟੈਕਟ ਦੁਬਾਰਾ ਕਿਵੇਂ ਹੋਇਆ ਜੀ? ਅਸੀਂ ਪਤਾ ਕਰਾ ਲਿਆ ਸੀਗਾ ਜਿਹਨਾਂ ਦੇ ਉੱਥੇ ਸਟੋਰ ਤੇ ਕੰਮ ਕਰਦੇ ਉਹਨਾਂ ਦੇ ਨਾਲ। ਤੁਹਾਨੂੰ ਪਤਾ ਸੀ ਇੰਡੀਆ ਕਦੇ ਤਾਂ ਆਊਗਾ, ਹੁਣ ਆ ਗਿਆ ਸੀਗਾ। ਫੜਿਆ ਲਿਆਂਦਾ ਕਿਵੇਂ ਜੀ ਇੱਥੇ? ਪਾਰਕ ਪਲਾਜ਼ਾ ਤੋਂ ਲੈਣੇ ਹੋ? ਪਾਰਕ ਪਲਾਜ਼ਾ ਤੋਂ ਲੈ ਕੇ ਆਂਦਾ ਹੈ, ਮਤਲਬ ਕਿ ਕਾਲ ਕੀਤੀ ਤੇ ਮੈਨੂੰ ਕਹਿੰਦਾ ਕੱਲੀ ਨੂੰ ਆ ਕੇ ਮੇਲ, ਤੁਸੀਂ ਫਿਰ ਜਾ ਕੇ ਚੱਕ ਲਿਆ ਫਿਰ? ਕਹਿੰਦੇ ਨੇ ਫਰੋਤੀ ਮੰਗੀ ਗਈ ਤੁਹਾਡੇ ਕੋਲ, ਕੁੱਤਿਆਂ ਮਾਰਿਆ ਗਿਆ ਜੀ? ਕਿਸੇ ਨੂੰ ਨਹੀਂ, ਉਹਨੂੰ ਤਾਂ ਕੁੱਟਣਾ ਹੀ ਸੀ ਯਾਰ, ਕੁੱਟਣਾ ਹੀ ਸੀਗਾ ਸੀ। ਹਾਂ, ਪੁਲਿਸ ਨੇ ਸਾਨੂੰ ਕੁਝ ਨਹੀਂ ਕਿਹਾਗਾ।